ਫਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਧਾ ਜਾਵੇ ਫਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਧਾ ਜਾਵੇ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਹਿ ਬੈਸਲ ਹੈ ਤਹਿ ਬੈਸਾ ਸੁਆਮੀ ਸਾਧ ਸੰਗਤ ਜੀ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਦੇ ਪਾਸ ਗੋਂਦਾ ਖੱਤਰੀ ਜਦੋਂ ਆਇਆ ਹੈ ਇਸ ਦੇ ਗੋਇੰਦਵਾਲ ਦਾ ਫੇਰ ਪਿਆ ਸੀ ਇਹ ਵਸਾਉਣਾ ਚਾਹੁੰਦਾ ਸੀ ਉਸ ਵੇਲੇ ਵਸਾਉਣ ਵੇਲੇ ਇਸਨੇ ਆੜਾ ਦੇ ਬੂਹਾ ਜੇ ਉਸ ਵਕਤ ਇਸ ਨੇ ਗੁਰੂ ਅੰਗਦ ਸਾਹਿਬ ਨੂੰ ਕਿਹਾ ਕਿ ਮਹਾਰਾਜ ਜੀ ਗੁਰੂ ਘਰ ਵਾਸਤੇ ਮੈਂ ਜ਼ਮੀਨ ਦਿੰਦਾ ਜਿੰਨੀ ਆਬਾਦ ਹੋ ਜਾਵੇ ਉਹ ਸਾਰੀ ਵਿੱਚੋਂ ਆਪ ਨੂੰ ਜਿੰਨੀ ਮਨ ਪਾਉਂਦੀ ਹੈ ਜ਼ਮੀਨ ਲੈ ਲਓ ਆਪ ਉਸ ਨਗਰ ਨੂੰ ਵਸਾਉਣਾ ਕਰੋ ਕਿਰਪਾ ਕਰੋ ਮਹਾਰਾਜ ਨੇ ਕਿਹਾ ਭਾਈ ਉਹ ਨਗਰ ਵਸਦਾ ਕਿਉਂ ਨਹੀਂ ਮਹਾਰਾਜ ਜੀ ਮੈਥੋਂ ਝੂਠਾ ਨੇਮ ਚੱਕਿਆ ਗਿਆ ਸੀ ਝੂਠੇ ਨੇਮ ਕਰਕੇ ਮੈਂ ਮੁਕੱਦਮਾ ਤਾਂ ਲਿਆ ਜਿੱਤ ਹੁਣ ਉੱਥੇ ਉਹ ਝੂਠਾ ਨੇਮ ਕਰਨੇ ਕਰਕੇ ਮਹਾਰਾਜ ਪ੍ਰੇਤਾਂ ਦਾ ਵਾਸਾ ਹੋ ਗਿਆ ਉਹ ਬਸਦਾ ਨਹੀਂ ਹੈ ਥਾਂ ਸੁਣ ਕੇ ਮਹਾਰਾਜ ਸਾਹਿਬ ਜੀ ਨੇ ਸਾਹਿਬਜ਼ਾਦਿਆਂ ਦੀ ਪਰਖ ਕਰਨ ਵਾਸਤੇ ਦਾਤੂ ਅਤੇ ਦਾਸੂ ਜੀ ਨੂੰ ਪਾਸ ਬੁਲਾਇਆ ਕਿ ਇਹ ਭਾਈ ਇਹ ਗੋਂਦੇ ਖੱਤਰੀ ਦੇ ਨਾਲ ਜਾਓ ਜਾ ਕੇ ਉੱਥੇ ਨਗਰ ਆਬਾਦ ਕਰਾਓ ਇਹ ਕਹਿਣ ਲੱਗੇ ਮਹਾਰਾਜ ਉੱਥੇ ਭੂਤਰੇ ਸੁਣੇ ਆ ਬੜੇ ਬੜੇ ਦਿਓ ਰਹਿੰਦੇ ਆ ਅਸੀਂ ਆਪਦੀ ਪੂਰੀ ਖਲੂਕ ਸਾਹਿਬ ਰਹਿੰਦੇ ਕਿਉਂ ਅਸੀਂ ਜਾਈਏ ਇੱਥੇ ਹੀ ਚੰਗੇ ਹੈ ਕਿਉਂ ਦੋਹਾਂ ਸਾਹਿਬਜ਼ਾਦਿਆਂ ਨੇ ਆਗਿਆ ਨਾ ਮੰਗੀ ਗੁਰੂ ਅੰਗਦ ਸਾਹਿਬ ਜੀ ਦੀ ਫਿਰ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੂੰ ਆਗਿਆ ਕੀਤੀ ਆਪ ਖੜੇ ਹੋ ਗਏ ਖੜੇ ਹੋ ਕੇ ਕਿਹਾ ਮਹਾਰਾਜ ਹਜ਼ੂਰ ਕੀ ਆਗਿਆ ਹੈ ਮਹਾਰਾਜ ਕਹਿੰਦੇ ਆ ਸਾਡੀ ਹੱਥ ਦੀ ਸਿਟੀ ਲੈ ਜਾਓ ਸਤਨਾਮ ਵਾਹਿਗੁਰੂ ਦਾ ਜਾਪ ਕਰਕੇ ਜਿੱਥੇ ਜਿੱਥੇ ਹਿਲਾਓਗੇ ਸਾਰੇ ਪ੍ਰੇਤਾਂ ਦੇ ਡੇਰੇ ਉੱਥੋਂ ਕੂਚ ਕਰ ਜਾਣਗੇ ਅਤੇ ਗੁਰੂ ਘਰ ਦੀ ਉਹ ਜਗ੍ਹਾ ਬਣ ਜਾਏਗੀ ਉੱਥੇ ਗੋਂਦੇ ਨੂੰ ਵੀ ਵਸਾਉਣਾ ਕਰੋ ਤੁਸੀਂ ਵੀ ਗੁਰੂ ਨਗਰ ਨੂੰ ਵਸਾਉਣਾ ਕਰੋ ਇਹ ਸੁਣ ਕਰਕੇ ਮਹਾਰਾਜ ਸਾਹਿਬ ਜੀ ਨੇ ਕਿਹਾ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜਿਸ ਤਰ੍ਹਾਂ ਆਗਿਆ ਕਰੋ ਸਤਿਗੁਰੂ ਜੀ ਦੀ ਆਗਿਆ ਪਾ ਕੇ ਮਹਾਰਾਜ ਸਾਹਿਬ ਜਦੋਂ ਗਏ ਉਹ ਫੇਰ ਉੱਤੇ ਗੋਇੰਦਵਾਲ ਸਾਹਿਬ ਦੇ ਉੱਤੇ ਛਿੱਟੀ ਫੇਰੀ ਅਤੇ ਸਾਰੇ ਪ੍ਰੇਤਾਂ ਡੇਰੇ ਅੱਗ ਲੱਗ ਗਈ ਉਹਨਾਂ ਨੂੰ ਬੜੀ ਕਾਹਲੀ ਨਾਲ ਉੱਠ ਕੇ ਤੁਰੇ ਉਸੇ ਵੇਲੇ ਦਾ ਜ਼ਿਕਰ ਹੈ ਕਿ ਇੱਕ ਦੇ ਬੱਚਾ ਪੈਦਾ ਹੋਣ ਦਾ ਸਮਾਂ ਸੀ ਦੈਂਤਣੀ ਦਾ ਉਹ ਉੱਠ ਕੇ ਭੱਜ ਨਿਕਲੀ ਜੋ ਪਤੀ ਨਾਲ ਵੇਖਿਆ ਉਹਦੇ ਪੇਟ ਵਿੱਚੋਂ ਦੋ ਬੱਚੇ ਨਿਕਲੇ ਇੱਕ ਦੀ ਬਾਂਹ ਟੁੱਟ ਗਈ ਅਤੇ ਇੱਕ ਦੀ ਅੱਖ ਦੇ ਉੱਤੇ ਜਵਾਰ ਦੇ ਉੱਥੇ ਕੱਟੀ ਹੋਈ ਜਵਾਰ ਸੀ ਉਸਦੇ ਟੰਡੇ ਸਨ ਉਹ ਵੱਜ ਕੇ ਅੱਖ ਕਾਣੀ ਹੋ ਗਈ ਉਹ ਲੈ ਕੇ ਦੋਵੇਂ ਭੱਜ ਨਿਕਲੀ ਉਹ ਕਾਣਾ ਦੇ ਉਹ ਜਿਹੜਾ ਬਠਿੰਡੇ 'ਚੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਫਿਰ ਕੱਢਿਆ ਸੀ ਇਸੇ ਪ੍ਰਕਾਰ ਸਾਧ ਸੰਗਤ ਜੀ ਹੋਈ ਸਾਰਾ ਦੈਂਤਾਂ ਦੀ ਹਲਚਲੀ ਪੈ ਗਈ ਛੇਤੀ ਨਿਕਲ ਗਏ ਅਤੇ ਮਹਾਰਾਜ ਸਾਹਿਬ ਜੀ ਨੇ ਗੋਇੰਦਵਾਲ ਸਾਹਿਬ ਨਗਰ ਵਸਾਇਆ ਵਸਾਉਣ ਤੋਂ ਬਾਅਦ ਜਦੋਂ ਗੁਰੂ ਸਾਹਿਬ ਨੂੰ ਗੁਰਿਆਈ ਦਿੱਤੀ ਗੁਰੂ ਅਮਰਦਾਸ ਸਾਹਿਬ ਨੂੰ ਉਸ ਵੇਲੇ ਕਿਹਾ ਪੁਰਖਾ ਇੱਥੇ ਸਾਡੇ ਸਾਹਿਬਜ਼ਾਦੇ ਮਾਲਕੀ ਕਰਨਗੇ ਖਡੂਰ ਸਾਹਿਬ ਵਿੱਚ ਇਹ ਤੁਹਾਡੇ ਨਾਲ ਈਰਖਾ ਕਰਨਗੇ ਤੁਹਾਨੂੰ ਅਸੀਂ ਪਹਿਲੇ ਨਗਰ ਗੁਰੂ ਨਾਨਕ ਸਾਹਿਬ ਜੀ ਨੇ ਜਿਵੇਂ ਸਾਨੂੰ ਕਰਤਾਰਪੁਰ ਸਾਹਿਬ ਦੇ ਵਿੱਚ ਸ੍ਰੀ ਚੰਦ ਅਤੇ ਲਖਮੀ ਦਾਸ ਆਜ਼ਾਦ ਸਨ ਸਾਨੂੰ ਖਡੂਰ ਸਾਹਿਬ ਭੇਜਤਾ ਸੀ ਇਵੇਂ ਤੁਸੀਂ ਹੁਣ ਇੱਥੇ ਖਡੂਰ ਸਾਹਿਬ ਦਾ ਰਹਿਣਾ ਛੱਡ ਕੇ ਗੋਇੰਦਵਾਲ ਸਾਹਿਬ ਵਿੱਚ ਜਾ ਕੇ ਵਸੋ ਉਸ ਵੇਲੇ ਮਹਾਰਾਜ ਜੀ ਨੇ ਸ਼ਬਦ ਤੀਜੇ ਪਾਤਸ਼ਾਹ ਜੀ ਨੂੰ ਉਚਾਰਨ ਕੀਤਾ ਮਹਾਰਾਜ ਸਨਮੁਖ ਮਾਰੂ ਮਹੱਲਾ ਤੀਜਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਹਿ ਬੈਸਲ ਹੈ ਤਹਿ ਬੈਸਾ ਸੁਆਮੀ ਇੱਕੋ ਦੁਆ ਗੁਰੂ ਪਰਮੇਸ਼ਵਰ ਓਅੰਕਾਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਬੇਨਤੀ ਕਰਦੇ ਹਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਜਿੱਥੇ ਸਾਨੂੰ ਮਹਾਰਾ ਵਸਾਉਂਗੇ ਬਿਠਾਉਂਗੇ ਅਸੀਂ ਉੱਥੇ ਹੀ ਬੈਠਾਂਗੇ ਜਹ ਭੇਜਹਿ ਤਹਿ ਜਾਵਾ ਜਿਸ ਥਾਂ ਵਿੱਚ ਗਰੀਬ ਨਾਲ ਸਾਨੂੰ ਭੇਜੋਗੇ ਅਸੀਂ ਆਗਿਆ ਨਾਲ ਆਉਂਦੀਆਂ ਉੱਥੇ ਹੀ ਜਾ ਰਹਾਂਗੇ ਸਭ ਨਗਰੀ ਮਹਿ ਏਕੋ ਰਾਜਾ ਇਹ ਸਾਰੀਆਂ ਜਿੰਨੀਆਂ ਨਗਰੀਆਂ ਮਹਾਰਾ ਮੁਲਕ ਦੀਆਂ ਦੇਸ਼ਾਂ ਦੀਆਂ ਸੋ ਇਹ ਸਾਰਿਆਂ 'ਚ ਇੱਕੋ ਤੁਸੀਂ ਪਾਤਸ਼ਾਹ ਹੋਣਾ ਸਾਰੀਆਂ ਦੇਹਾਂ ਰੂਪੀ ਨਗਰੀਆਂ 'ਚ ਵੀ ਤੁਸੀਂ ਇੱਕੋ ਹੀ ਰਾਜੇ ਹੋ ਸਭੇ ਪਵਿੱਤਰ ਹੈ ਸਾਨੂੰ ਤਾਂ ਮਹਾਰਾਜ ਕਿਸੇ ਪ੍ਰੇਤਾਂ ਦਾ ਕੋਈ ਭੈ ਨਹੀਂ ਸਾਰੇ ਹੀ ਥਾਂ ਪਵਿੱਤਰ ਹੈ
ਜਿਸ ਹਿਰਦਿਆਂ ਵਿੱਚ ਤੁਸੀਂ ਵੱਸਦੇ ਹੋ ਉਹ ਪਵਿੱਤਰ ਹਿਰਦੇ ਹਨ ਸੱਚੇ ਪਾਤਸ਼ਾਹ। ਇਸੇ ਪ੍ਰਕਾਰ ਜਹ ਬੈ ਸਲ ਹੈ ਤਹ ਬੈ ਸਵਾਮੀ, ਜਿੱਥੇ ਮਾਰਾ ਤੁਰਿਆ ਪਦ ਸਾਨੂੰ ਬਿਠਾਲਣਾ ਕਰੋ, ਉਸ ਤੁਰਿਆ ਪਦ ਅਸੀਂ ਬੈਠਣਾ ਕਰਦੇ ਹਾਂ ਸਰਵ ਕੇ ਸਵਾਮੀ ਜੀ। ਜਹ ਭੇਜ ਹੈ ਤਹ ਜਾ, ਜਿੱਥੇ ਸਾਨੂੰ ਸੱਚੇ ਪਾਤਸ਼ਾਹ ਚਿਦਾਕਾਸ਼ ਰੂਪ ਦੇ ਵਿੱਚ ਭੇਜਦੇ ਹੋ ਉੱਥੇ ਅਸੀਂ ਜਾ ਰਹੇ ਹਾਂ। ਸਭ ਨਗਰੀ ਮਹਿ ਏਕੋ ਰਾਜਾ, ਸਾਰੀਆਂ ਦੇਹਾਂ ਰੂਪੀ ਨਗਰੀਆਂ ਚ ਇੱਕੋ ਹੀ ਆਪ ਪ੍ਰਕਾਸ਼ ਰੂਪ ਹੋ, ਬ੍ਰਹਮ ਰੂਪ ਹੈ ਮਹਾਰਾਜ। ਸਭੇ ਪਵਿੱਤਰ ਦੇਵਤਿਆਂ ਮਨੁੱਖਾਂ ਆਦਿਕਾਨੀਆਂ ਚ ਵੀ ਸਭੇ ਪਵਿੱਤਰ ਹੈ, ਸਾਰਿਆਂ ਦੇ ਥਾਂ ਅੰਤਾ ਕਰਨ ਪਵਿੱਤਰ ਹੈ ਅਧਿਕਾਰੀਆਂ ਦੇ, ਸਾਰਿਆਂ ਨੂੰ ਤੁਰਿਆ ਤੀਤ ਹੋ ਕੇ ਮਿਲਣ ਵਾਲੇ ਹੋ ਆਪ। ਬਾਬਾ ਦੇਹ ਵਸਾਂ ਸੱਚ ਗਾਵਾ, ਹੇ ਬਾਬਾ ਸਤਿਗੁਰੂ ਅੰਗਦ ਸਾਹਿਬ ਜੀ, ਦੇਹ ਵਸਾਂ ਸੱਚ ਗਾਵਾ, ਸਤ ਵਚਨ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਬਸਣ ਵਾਸਤੇ ਦਿੰਦੇ ਹੋ, ਸੱਚੇ ਗਾਉਂ ਵਿੱਚ ਬਸਣਾ ਸਾਨੂੰ ਦਿਓ ਸੱਚੇ ਪਾਤਸ਼ਾਹ, ਸੱਚੇ ਗਾਉਂ ਦੇ ਵਿੱਚ ਨਗਰ ਵਿੱਚ ਅਸੀਂ ਵਸਦੇ ਰਹੀਏ ਜਿੰਨਾ ਚਿਰ ਬਾਬਾ ਦੇਹ ਵਸਾਂ। ਹੇ ਮਹਾਰਾ ਬਾਬਾ ਗੁਰੂ ਜੀ, ਜਿੱਥੇ ਵਸਾਉਣਾ ਦਿੰਦੇ ਹੋ ਅਸੀਂ ਵਸਾਂ ਸੱਚ ਗਾਵਾ, ਉਹ ਸੱਚਾ ਨਗਰ ਜਾਣ ਕੇ ਗੋਇੰਦਵਾਲ ਸਾਹਿਬ ਗੋਬਿੰਦ ਬਾਲ ਗੋਬਿੰਦਪੁਰੀ ਸਾਨੂੰ ਜਲਨ ਤੀਰ ਵਿਵਾਸ ਬਣਾਇਓ, ਉਹ ਸੱਚਾ ਗਾਂ ਨਗਰ ਜਾਣ ਕੇ ਅਸੀਂ ਮਹਾਰਾ ਉੱਥੇ ਵਸਣਾ ਕਰਦੇ ਹਾਂ। ਬਾਬਾ ਦੇਹ ਵਸਾਂ ਸੱਚ ਗਾਵਾ, ਹੇ ਬਾਬਾ ਸਤਿਗੁਰੂ ਜੀ, ਜਿੰਨਾ ਚਿਰ ਦੇਹ ਚ ਵਸਦੇ ਰਹੀਏ ਉਹਨਾਂ ਚ ਸੱਚੇ ਪਾਤਸ਼ਾਹ ਆਪਦੇ ਨਾਮ ਨੂੰ ਵੀ ਗਾਉਂਦੇ ਰਹੀਏ, ਐਸੀ ਕਿਰਪਾ ਕਰੋ, ਕਦੇ ਭੁੱਲਿਓ ਨਾ ਸੱਚੇ ਪਾਤਸ਼ਾਹ। ਅਖੰਡ ਚੇਤਨ ਦੇਹ ਵਿੱਚ ਵਸੀਏ ਤੇ ਸੱਚਾ ਉਪਦੇਸ਼ ਸਿੱਖਾਂ ਦੇ ਤਾਂ ਆਪਦੇ ਸਰੂਪ ਦੇ ਗਿਆਨ ਦਾ ਗਾਉਂਦੇ ਰਹੀਏ। ਸਹਿਜੇ ਸਹਿਜ ਸਮਾਵਾ, ਜਾਂ ਤੇ ਜਿਸ ਕਰਕੇ ਮਹਾਰਾਜ ਸਹਿਜੇ ਗਿਆਨ ਕਰਕੇ ਸਹਿਜ ਸਰੂਪ ਦੇ ਵਿੱਚ ਸਮਾਏ ਰਹੀਏ, ਭੇਦ ਹੋਏ ਰਹੀਏ। ਰਹਾਓ ਬੁਰਾ ਭਲਾ ਕਿਸ ਆਪਸ ਤੇ ਜਾਣੇ ਆ, ਅੰਤਰ ਜਾਮੀ ਬੁਰਾ ਤੇ ਭਲਾ ਜਿਹੜਾ ਆਪਦੀ ਵੱਲੋਂ ਜੀਆਂ ਨੂੰ ਮੰਨਿਆ ਹੈ, ਸਗਲ ਵਿਕਾਰ ਇਹੋ ਸਾਰੇ ਵਿਕਾਰ ਚ ਮਿੜੇ ਆਪਣੀ ਹੰਗਤਾ ਕਰਕੇ ਮੰਨ ਰਹੇ ਹਨ, ਕਿਸੇ ਨੂੰ ਬੁਰਾ ਸਮਝਦੇ ਕਿਸੇ ਨੂੰ ਭਲਾ ਸਮਝਦੇ ਹਨ। ਇਹੋ ਫਰਮਾਇਆ ਖਸਮ ਕਾ ਹੋਆ, ਇਹ ਤਾਂ ਮਹਾਰਾਜ ਜੀਆਂ ਦੀ ਕਰਨੀ ਅਨੁਸਾਰ ਜੇ ਤਾਮਸੀ ਹੈ ਉਹ ਬੁਰੇ ਕੰਮ ਕਰਦੇ ਹੈ, ਸਾਧਕੀ ਭਲਾ ਕੰਮ ਕਰਦੇ ਹੈ, ਇਹ ਜਿਹੇ ਜੇ ਗੁਣਾਂ ਵਾਲੇ ਸੀ ਉਹ ਹਜੇ ਫਰਮਾਨ ਹੋਇਆ ਖਸਮ ਅਕਾਲ ਪੁਰਖ ਦਾ। ਵਰਤਾ ਇਹੋ ਸੰਸਾਰ, ਇਹ ਸਾਰਾ ਸੰਸਾਰ ਦੇ ਅੰਦਰ ਵਰਤਾਰਾ ਵਰਤ ਰਿਹਾ ਹੈ। ਇੰਦਰੀ ਧਾਤ ਸਬਲ ਕਹੀਅਤ ਹੈ, ਇਹ ਬਾਬਾ ਜੀ ਸ਼ਾਮ ਸਿੰਘ ਜੀ ਜੋ ਅੰਮ੍ਰਿਤਸਰ ਸਾਹਿਬ ਵਾਲੇ ਸਨ, ਇਹ ਬਜ਼ੁਰਗ, ਇਹ ਨਾਲੀਆਂ ਦੀ ਬੜੀ ਸੇਵਾ ਕਰਿਆ ਕਰਦੇ, ਧੋਇਆ ਕਰਦੇ ਹਰਿਮੰਦਰ ਸਾਹਿਬ ਦੇ ਸਰੋਵਰ ਦੀਆਂ ਨਾਲੀਆਂ, ਤੇ ਇਹ ਬਰਗਤ ਇੱਕ ਵਾਰੀ ਦੀਪ ਮਾਲਾ ਨੂੰ ਦਰਸ਼ਨ ਕਰਨ ਵਾਸਤੇ ਸਾਰੇ ਉਦੋਂ ਜੇ ਗੰਗਾ ਚ ਨਹੀਂ ਸੀ ਰੁੜੇ ਸਾਰੇ ਸਾਧੂ ਜਿਹੜੇ ਸਨ, ਬਾਬਾ ਪ੍ਰੇਮ ਸਿੰਘ ਜੀ ਅਤੇ ਹੀਰਾ ਲਾਲ ਆਦਿਕ ਸੰਤ, ਬਾਬਾ ਈਸ਼ਰ ਸਿੰਘ ਜੀ ਦੌਦਰ ਵਾਲੇ, ਇਸੇ ਪ੍ਰਕਾਰ ਚੱਕਰ ਵਾਲੇ ਜੀਵਾ ਸਿੰਘ ਜੀ ਪੰਡਿਤ, ਜਿਨ੍ਹਾਂ ਤੋਂ ਆਪਣੇ ਸੰਤ ਵਿਆਕਰਨ ਪੜ੍ਹੇ ਸਨ, ਇਸ ਪ੍ਰਕਾਰ ਸਾਧ ਸਿੰਘ ਜੀ ਇਹ ਸਾਰੇ ਸਾਧੂ ਮਿਲ ਕੇ ਅੰਮ੍ਰਿਤਸਰ ਦੀਪ ਮਾਲਾ ਨੂੰ ਦਰਸ਼ਨ ਕਰਨ ਵਾਸਤੇ ਆਏ। ਅੱਗੇ ਬਾਬਾ ਸ਼ਾਮ ਸਿੰਘ ਜੀ ਨਾਲੀਆਂ ਦੀ ਸਫਾਈ ਕਰ ਰਹੇ ਸੀ, ਇਹਨਾਂ ਵਰਗਤਾਂ ਨੇ ਆ ਕੇ ਪੁੱਛਿਆ ਕਿ ਜੀ ਬਾਬਾ ਸ਼ਾਮ ਸਿੰਘ ਜੀ ਕਿਹੜੇ ਅਸੀਂ ਦਰਸ਼ਨ ਕਰਨੇ ਹੈ, ਕਹਿੰਦੇ ਬੈਠੋ ਸੰਤ, ਆ ਜਾਂਦਾ ਸ਼ਾਮ ਸਿੰਘ ਜੀ। ਇਉਂ ਕਹਿ ਕੇ ਮਹਾਤਮਾ ਨੂੰ ਬਿਠਾ ਕੇ ਜਲ ਪਾਣੀ ਕਹਿ ਕੇ ਸਾਧੂਆਂ ਤੋਂ ਛੁਕਵਾਇਆ, ਜਦੋਂ ਛੱਡ ਚੁੱਕੇ ਤੇ ਫਿਰ ਸੰਤ ਨਾਲੀ ਦੀ ਸੇਵਾ ਕਰਕੇ ਪੰਜ ਸਿੰਘਾਨਾ ਕਰ ਰਹੇ ਸਨ, ਤੇ ਉਸ ਵੇਲੇ ਵਰਗਤਾਂ ਨੂੰ ਪਤਾ ਲੱਗਾ ਵਿੱਚੋਂ ਵੀ ਇਹ ਤਾਂ ਸੰਤ ਦਾ ਸ਼ਾਮ ਸਿੰਘ ਇਹੋ ਹੀ ਹੈ ਜਿਹੜੇ ਨਾਲੀਆਂ ਦੀ ਸਫਾਈ ਕਰ ਰਹੇ ਸਨ। ਉਸ ਵੇਲੇ ਕਹਿਣ ਲੱਗਾ ਇੱਕ ਬਰਗਤ ਤਿੱਖਾ ਸੀ, ਕਹਿਣ ਲੱਗਾ ਸੰਤ ਜੀ, ਜੀਵਨ ਮੁਕਤੀ ਦਾ ਆਨੰਦ ਲੈਣਾ ਚਾਹੀਦਾ ਤੁਹਾਨੂੰ, ਅਤੇ ਹੁਣ ਤੁਹਾਨੂੰ ਨਾਲੀਆਂ ਨਹੀਂ ਸਾਫ਼ ਕਰਨੀਆਂ ਚਾਹੀਦੀਆਂ। ਇਹ ਸੁਣ ਕਰਕੇ ਸੰਤਾਂ ਨੇ ਕਿਹਾ, ਬਈ ਜੇ ਆਗਿਆ ਹੋਵੇ ਤਾਂ ਸੰਤੋ ਤੁਹਾਡੀ ਸ਼ਬਦ ਭੇਟਾ ਕਰੀਏ, ਸੁਣਦਾ ਵਜਾ ਕੇ ਬਾਬੇ ਸ਼ਾਮ ਸਿੰਘ ਨੇ ਇਹ ਸ਼ਬਦ ਗਾਇਆ, ਬਾਬਾ ਦੇਹ ਵਸਣ ਸੱਚ ਗਾਵਾ। ਇਹਦੇ ਵਿੱਚ ਜਦੋਂ ਇਹ ਤੁਕ ਪੜੀ, ਇੰਦਰੀ ਧਾਤ ਸਬਲ ਕਹੀਅਤ ਹੈ, ਇਹ ਜਿਹੜੀ ਇੰਦਰੀਆਂ ਦੀ ਧੌਣੀ ਹੈ, ਸਹਿਤ ਬਲ ਦੇ ਵਿਕਾਰਾਂ ਵੱਲ ਕਹੀ ਦੀ ਹੈ, ਇੰਦਰੀ ਕਿਸਤੇ ਹੋ, ਇਹ ਸਾਰੀਆਂ ਇੰਦਰੀਆਂ ਕਿਹਦੇ ਵੱਲੋਂ ਹੋਈਆਂ ਹਨ, ਉਸ ਪਰਮੇਸ਼ਵਰ ਅੰਤਰਜਾਮੀ ਪ੍ਰੇਰਨਾ ਕੀਤੀ ਹੈ ਜਿਹਨਾਂ ਦੀ ਕਰਨੀ ਅਨੁਸਾਰ। ਕਈਆਂ ਨੇ ਇੰਦਰੀਆਂ ਤਾਂ ਅੱਖਾਂ ਦੇ ਨਾਲ ਨੈਣ ਨਾ ਦੇਖੇ, ਸਾਹ ਸੇ ਨੈਣ ਬਿਹਾ ਲਿਆ, ਕਰਨ ਸੁਣੀ ਨਾਮ ਕਰਨ ਨੂੰ ਬਿਕਾ ਲਿਆ, ਰਸਨਾ ਜਦੇ ਨਾਮ ਤਿਲ ਤਿਲ ਕਰ ਕੱਟੀਏ, ਹਰ ਹਾਂ ਜਾਂ ਬਿਸਰੇ ਗੋਬਿੰਦ ਰਾਜ ਦਿਨੋ ਦਿਨ ਕੱਟੀਏ। ਕਈਆਂ ਨੇ ਇਹਨਾਂ ਇੰਦਰੀਆਂ ਨੇਤਰੀ
ਜਿਸ ਪ੍ਰਕਾਰ ਅੰਤਰ ਗੁਰ ਰਾਧਨਾ ਜੇਬਾ ਜਗ ਗੁਰਨਾ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰਨਾ ਕਿਉਂ ਚੰਗੇ ਪਾਸੇ ਲੱਗੀਆਂ ਹੋਈਆਂ ਟਹਿਲ ਵਿੱਚ ਇਸ ਪ੍ਰਕਾਰ ਜਦੋਂ ਸ਼ਬਦ ਪੜ੍ਹੇ ਸੰਤ ਈਸ਼ਰ ਸਿੰਘ ਜਿਹੜੇ ਦੋਧਰ ਆਏ ਸੀ ਕਹਿੰਦੇ ਉਹ ਬਰਖਦਾ ਤੂੰ ਬਰਖਤੀ ਦਾ ਮਾਣ ਕਰਦਾ ਤੂੰ ਕਹਿੰਦਾ ਇੰਨਾ ਹੀ ਜੀਵਨ ਮੁਕਤੀ ਦੀ ਕੁਪੀਨ ਬਦਲ ਲਈ ਤੇ ਰੋਟੀ ਮੰਗ ਕੇ ਖਾ ਲਈ ਇੰਨੇ ਚ ਤੂੰ ਜੀਵਨ ਮੁਕਤ ਬਣਿਆ ਫਿਰਦਾ ਇਹਨਾਂ ਤਾਂ ਦੱਸਿਆ ਇੰਦਰੀਆਂ ਵੀ ਸਾਰੀਆਂ ਈਸ਼ਰ ਵੱਲੋਂ ਹੀ ਕਿਰਿਆ ਹੋ ਰਹੀ ਹੈ ਸੁਣ ਕੇ ਉਹ ਸਾਧ ਮੱਥਾ ਟੇਕ ਕੇ ਧੰਨ ਆਉਂਦਾ ਬ੍ਰਹਮ ਗਿਆਨ ਧੰਨ ਜੀਵਨ ਮੁਕਤ ਹੋ ਇਹ ਸੇਵਾ ਗੁਰੂ ਦੇ ਪਿਆਰਿਆਂ ਨੂੰ ਪਿਆਰੀ ਹੁੰਦੀ ਹੈ ਇਹ ਉੱਤਰ ਬਾਬਾ ਸ਼ਾਮ ਸਿੰਘ ਜੀ ਨੇ ਕੀਰਤਨ ਦੇ ਰਾਹੀਂ ਦਿੱਤਾ ਸੀ ਉਹਨਾਂ ਦਰਖਤਾਂ ਨੂੰ ਜਿਹੜੇ ਕਹਿੰਦੇ ਸੀ ਕੇਵਲ ਕੁਪੀਨ ਮਾਤਰ ਬਦਲਣ ਨਾਲ ਹੀ ਜੀਵਨ ਮੁਕਤੀ ਦੀ ਪ੍ਰਵਿਰਤੀ ਹੋਣੀ ਚਾਹੀਦੀ ਜੋ ਮੰਗ ਕੇ ਰੋਟੀ ਖਾਣ ਨਾਲ ਤਾਂ ਜੀਵਨ ਮੁਕਤ ਹੋ ਸਕਦਾ ਹੈ ਆਪੇ ਖੇਲ ਕਰੇ ਸਭ ਕਰਤਾ ਭਾਈ ਸਾਰੇ ਖੇਲ ਕੌਤਕ ਕਰਤਾ ਪੁਰਖ ਕਰ ਰਿਹਾ ਹੈ ਐਸਾ ਬੁਝੈ ਕੋਈ ਕੋਈ ਗੁਰਮੁਖ ਹੈ ਜਿਹੜਾ ਸਮਝਦਾ ਇਸ ਵਿਚਾਰ ਦੇ ਤਾਂ ਪਰਮਾਰਥ ਜੀ ਤੇ ਤਾਂ ਗੁਰ ਪ੍ਰਸਾਦੀ ਏਕ ਲਿਵ ਲਾਗੀ ਸਤਿਗੁਰਾਂ ਦੀ ਕਿਰਪਾ ਦੁਆਰਾ ਜਿਹਨਾਂ ਦੀ ਕਰਸ ਵਾਹਿਗੁਰੂ ਵਿੱਚ ਭਾਈ ਲਿਵ ਲੱਗੀ ਹੋਈ ਹੈ ਲੁਭ ਦਾ ਤਦੇ ਬਿਨਾਸੀ ਉਹਨਾਂ ਦੀ ਦੁੱਧ ਦੁਆਤ ਤਦੇ ਕਾਹੀ ਨਾਸ ਹੋ ਗਈ ਨੇ ਤੱਦੀ ਨਾਲ ਛੇਤੀ ਨਾਸ ਹੋ ਗਈ ਦੁੱਧ ਦਾ ਬਚਿੱਤਾ ਗੁਣਾ ਜੋ ਤਿਸ ਭਾਣਾ ਸੋ ਸਤ ਕਰ ਮਾਨੇ ਜੋ ਤਿਸ ਵਾਹਿਗੁਰੂ ਨੂੰ ਪਾਇਆ ਉਹਨੂੰ ਸੱਚਾ ਕਰਕੇ ਮੰਨ ਲਿਆ ਹੈ ਕਾਟੀ ਜਮ ਕੀ ਫਾਸੀ ਉਹਨਾਂ ਦੀ ਭਾਈ ਜਮਾਂ ਦੀ ਜਿਹੜੀ ਫਾਹੀ ਸੀ ਜੰਮਣ ਮੰਨ ਦੀ ਉਹ ਕੱਟ ਦਿੱਤੀ ਮਹਾਰਾਜ ਜੀ ਨੇ ਭਗਤ ਨਾਨਕ ਲੇਖਾ ਮੰਗੈ ਕਵਨਾ ਕਥਨ ਕਰਦੇ ਹਨ ਸਤਿਗੁਰੂ ਨਾਨਕ ਦੇਵ ਗੁਰੂ ਅਮਰਦਾਸ ਸਾਹਿਬ ਜੀ ਭਾਈ ਕੌਣ ਹੈ ਜਿਹੜਾ ਹਿਸਾਬ ਕਿਤਾਬ ਮੰਗ ਸਕੇ ਫੇਰ ਜਾ ਚੂਕਾ ਮਨ ਅਵਮਾਨ ਜਦੋਂ ਮਨ ਵਿੱਚੋਂ ਦੇਹ ਦਾ ਅਵਮਾਨ ਚੱਕਿਆ ਗਿਆ ਗੁਣਾਂ ਦਾ ਹੰਕਾਰ ਚੱਕਿਆ ਗਿਆ ਅਤੇ ਦੁਨੀਆ ਅਵ ਹਿਰਦੇ ਜਿਹੜਾ ਕੁਛ ਮਨੌਤ ਮੰਨੀ ਇਹ ਚੱਕੀ ਗਈ ਫੇਰ ਕੋਈ ਹਿਸਾਬ ਕਿਤਾਬ ਮੰਗਣ ਵਾਲਾ ਨਹੀਂ ਹੈ ਤਾਸ ਤਾਸ ਧਰਮ ਰਾਏ ਜਪਤ ਹੈ ਕਹਿੰਦੇ ਜੀ ਹਿਸਾਬ ਧਰਮ ਰਾਜਾ ਮੰਨ ਗਿਆ ਹੈ ਫਜੂਰ ਕਹਿੰਦੇ ਤਾਸ ਦਾ ਤਰਾਹ ਕਰੋ ਤਰਾਹ ਰੱਖਿਆ ਕਰੋ ਰੱਖਿਆ ਕਰੋ ਮੈਂ ਤੇਰੀ ਸ਼ਰਨ ਹਾਂ ਮੇਰੀ ਤੇਰੀ ਸ਼ਰਨ ਹਾਂ ਪਾਹੀਵਾਂ ਪਾਹੀਵਾਂ ਸ਼ਰਨ ਹਾਂ ਇਉਂ ਤਰਾਹ ਤਰਾਹ ਕਰਕੇ ਡਰਦਾ ਹੋਇਆ ਤਾਸਤਨਾ ਦੇ ਤਾਂ ਹੀ ਧਰਮ ਰਾਜਾ ਪਰਮੇਸ਼ਰ ਦੀ ਜੋਤ ਉਹਨਾਂ ਦੇ ਅੰਦਰ ਪ੍ਰਗਟ ਹੋਈ ਜਾਣ ਕੇ ਜਪਦਾ ਹੈ ਪਏ ਸੱਚੇ ਕੀ ਸ਼ਰਨ ਜਿਹੜੇ ਭਾਈ ਸੱਚੇ ਅਕਾਲ ਪੁਰਖ ਦੀ ਸ਼ਰਨ ਪੈ ਗਏ ਉਹ ਮੁਕਤ ਹੋ ਗਏ ਹੈ ਉਹਨਾਂ ਦਾ ਕੋਈ ਰੋ ਨਹੀਂ ਵਿਗਾੜ ਸਕਦਾ ਇਉਂ ਨਾਨਕ ਧਰਮ ਐਸੇ ਜਗ੍ਹਾ ਕੀਤੋ ਭਵਨ ਪੁਨੀਤ ਇਸ ਪ੍ਰਕਾਰ ਉਹ ਨਿਹਾਲ ਹੋ ਜਾਂਦੇ ਹਨ ਪੰਡਤ ਨਾਨਕ ਲੇਖਾ ਮੰਗੈ ਕਵਨਾ ਜਾਂ ਚੁੱਪਾ ਮਨ ਅਭਿਮਾਨਾ ਤਾਸ ਤਾਸ ਧਰਮ ਰਾਏ ਜਪਤ ਹੈ ਪ੍ਰੇ ਸੱਚੇ ਕੀ ਸਰਨਾ ਵਾਹਿਗੁਰੂ ਵਾਹਿਗੁਰੂ